ਕਿਹਦਾ ਦੇ ਭਲਾਈ ਮਾਂ ਜੀ ਦਾ ਮਾਂ ਜੀ ਮਾਂ ਜੀ ਕਿਹਨਾਂ ਦੇ ਸਾਡੀ ਮਾਂ ਜੀ ਹੈ ਕਿੰਨੀ ਉਮਰ ਹੈ ਤੁਹਾਡੀ ਸਾਨੂੰ ਜਰਾ ਸੇਬ ਤਾਂ ਖਾ ਕੇ ਦਿਖਾਓ ਤੁਸੀਂ ਕਿੱਦਾਂ ਖਾਂਦੇ ਹੁੰਦੇ ਆਪਣੇ ਹੱਥਾਂ ਨਾਲ ਬੁਢਾਪਾ ਕਿੰਨਾ ਵਾ ਮਾਂ ਜੀ ਦੇ ਚਿਹਰੇ ਤੇ ਜੁਰੀਆਂ ਆਈਆਂ ਹੋਈਆਂ ਕਿਉਂਕਿ 80 ਸਾਲ ਉਮਰ ਹੋ ਗਈ ਮਾਂ ਜੀ ਦਾ ਇੱਕ ਮੁੰਡਾ ਉਹ ਵੀ ਲੰਦੇ ਫੋਟੋ ਗਿਆ ਅੱਗੋਂ ਦੀ ਬੀਵੀ ਫੋਟੋ ਗਈ ਜਿਹੜੇ ਉਹਦੇ ਬੱਚੇ ਆ ਉਹ ਮਾਂ ਜੀ ਕੋਲ ਰਹਿ ਰਹੇ ਆ ਤੁਹਾਡੇ ਘਰ 30 ਦਿਨ ਅੱਲਾਹ ਦੇ ਹੱਕ ਨਾਲ ਪਹੁੰਚੂਗਾ ਬਿਸਮਿਲਲਾਹਿਰਰਹਿਮਾਨਿਰਰਹੀਮ ਮੁਬੀਨ ਭਾਈ ਅੱਲਾਹ ਪਾਕ ਦਾ ਬੜਾ ਹੀ ਅਹਿਸਾਨ ਆ ਕਿ ਆਪਾਂ ਅਲਹਮਦੁਲਿਲਾ ਖਿਦਮਤ ਖਲਕ ਕਰ ਰਹੇ ਨੇ ਅਲਹਮਦੁਲਿਲਾ ਔਰ ਬੇਸ਼ੁਮਾਰ ਲੋਕਾਂ ਦੇ ਅੰਦਰ ਜਾਈਦਾ ਲੇਕਿਨ ਇਸ ਘਰ ਦੇ ਅੰਦਰ ਇੰਟਰ ਹੋਏ ਆ ਤੇ ਇਸ ਘਰ ਦੀ ਕੁਝ ਕੈਫੀਅਤ ਸੁਣਨ ਵਿੱਚ ਆ ਰਹੀ ਸੀ ਕਿ ਆਮ ਵੀ ਜੀ ਜੀ ਆਪਣੀ ਉਮਰ ਕਿੰਨੀ ਆ 80 ਸਾਲ ਕਿੰਨੀ ਉਮਰ ਆ ਤੁਹਾਡੀ ਮਸਲਾ ਵਾ ਇਹ ਸ਼ੁਰੂ ਤੋਂ ਸੀ ਆਹ ਮਸਲਾ ਚਿਹਰੇ ਦਾ ਆ ਕੱਲੇ ਚਿਹਰੇ ਦਾ ਮਸਲਾ ਜਾਂ ਹੱਥਾਂ ਦਾ ਵੀ ਆ ਹੋਰ ਵੀ ਬੱਚੇ ਹੈਗੇ ਆਪਣੇ ਅਲਹਮਦੁਲਿਲਾ ਹੁਣ ਉਹ ਸਲਾਮਤ ਆ ਬੱਚੇ ਇੱਕ ਬੱਚਾ ਵਾ ਛੋਟੀ ਉਮਰ ਚ ਜਾਂ ਬੜੇ ਹੋ ਕੇ ਫੋਤ ਹੋਏ ਸੀ ਇੱਕ ਦੇ ਦੋ ਬੱਚੇ ਆ ਅੱਛਾ ਅੱਛਾ ਉਹ ਬੱਚੇ ਕਿੱਥੇ ਰਹਿ ਰਹੇ ਆ ਇਸ ਟਾਈਮ ਜਿਹੜੇ ਫੋਤ ਹੋਏ ਕਿੱਦਾਂ ਸ਼ਹਿਰ ਜਾਂਦਾ ਦੁਕਾਨ ਤੇ ਮੁੰਡਾ ਅੱਛਾ ਇੱਕ ਜਿੱਡਾ ਅੱਛਾ ਜੀ ਤੁਹਾਡੇ ਜਦੋਂ ਮੀਆਂ ਜੀ ਉਹਨਾਂ ਨੂੰ ਕਿੰਨੀ ਦੇਰ ਹੋ ਗਈ ਅੱਲਾ ਨੂੰ ਪਿਆਰੇ ਹੋ ਗਏ ਸੀ 15 ਸਾਲ ਤੇ ਉਸ ਤੋਂ ਪਹਿਲਾਂ ਜ਼ਿੰਦਗੀ ਉਸ ਤੋਂ ਪਹਿਲਾਂ ਖੁਸ਼ਹਾਲੀ ਹੈ ਸੀ ਘਰ ਦੇ ਹਾਲਾਤ ਵਗੈਰਾ ਠੀਕ ਸੀ ਅਲਹਮਦੁਲਿਲਾ ਮਾਈ ਸਾਡਾ ਇੱਕ ਤੁਹਾਡੇ ਤੋਂ ਬੜਾ ਦਿਲ ਖੁਸ਼ ਹੋ ਰਿਹਾ ਕਿ ਸਾਡੀ ਮਾਂ ਹਰ ਲਫ਼ਜ਼ ਨਾਲ ਅੱਲਾ ਦਾ ਸ਼ੁਕਰ ਅਦਾ ਕਰਦੀ ਹੈ ਸ਼ੁਕਰ ਅਦਾ ਇਹ ਅੱਲਾ ਦੇ ਜਿਹੜੇ ਮੋਮਿਨੀਨ ਬੰਦੇ ਹੁੰਦੇ ਆ ਜੇ ਭਾਈ ਅੱਲਾ ਦੇ ਨੇਕ ਬੰਦੇ ਹੁੰਦੇ ਉਹਨਾਂ ਦੀ ਇਹ ਨਿਸ਼ਾਨੀ ਹੁੰਦੀ ਹੈ ਉਹ ਹਰ ਹਾਲ 'ਚ ਮੁਸ਼ਕਲ ਹੋਵੇ ਆਸਾਨੀ ਹੋਵੇ ਖੁਸ਼ੀ ਹੋਵੇ ਗਮੀ ਹੋਵੇ ਆਪਣੇ ਰੱਬ ਦਾ ਸ਼ੁਕਰੀਆ ਹੀ ਅਦਾ ਕਰਦੇ ਹਾਂ ਬਿਲਕੁਲ ਤੇ ਮਾਂ ਜੀ ਸਾਡੇ ਦਿਲ ਦੇ ਬੁਢਾਪਾ ਕਿੰਨਾ ਵਾ ਮਾਂ ਜੀ ਦੇ ਚਿਹਰੇ ਤੇ ਜੁਰੀਆਂ ਆਈਆਂ ਹੋਈਆਂ ਕਿ 80 ਸਾਲ ਉਮਰ ਹੋ ਗਈ ਤੇ ਮਾਂ ਜੀ ਇਹਨਾਂ ਦੇ ਕੱਪੜਾ ਜੁੱਤੀ ਹਰ ਚੀਜ਼ ਤੁਸੀਂ ਹੀ ਕਰਨਾ ਹੁੰਦਾ ਵਾ ਧੋਣਾ ਹੀ ਨਹੀਂ ਤੁਸੀਂ ਤੇ ਆਪਣੇ ਵਾਸ਼ਰੂਮ ਵਗੈਰਾ ਚਲੇ ਜਾਂਦੇ ਆ ਖੁਦ ਇਹ ਜੀ ਜੀ ਤੁਸੀਂ ਆਪਣੀ ਮਾਂ ਜੀ ਤੋਂ ਕਿੰਨਾ ਕੁ ਖੁਸ਼ ਹੋਈ ਬੜਾ ਬਹੁਤ ਜ਼ਿਆਦਾ ਖੁਸ਼ ਹੋਈ ਕਿ ਮਾਂ ਜੀ ਸਾਨੂੰ ਸੁਣਨ ਚ ਇਹ ਵੀ ਐਸੀ ਕਿ ਤੁਹਾਡੇ ਫਰਮਾ ਬਰਦਾਰ ਵੀ ਬਹੁਤ ਹੈ ਯਾਨੀ ਕਿ ਕੰਮ ਕਾਜ ਨਾਲ ਕਰਵਾਉਂਦੇ ਮਾਸ਼ਾਅੱਲਾ ਬਹੁਤ ਅੱਛੀ ਬਾਤ ਹੈ ਜਿਹਨੇ ਮਾਂ ਨੂੰ ਖਿਦਮਤ ਕਰ ਲਈ ਮਾਂ ਦੀ ਖਿਦਮਤ ਕਰ ਲਈ ਉਹਨੇ ਦੁਨੀਆਂ 'ਚ ਜੰਨਤ ਕਮਾ ਲਈ ਜੰਨਤ ਕਮਾ ਲਈ ਜੀ ਜੀ ਤੁਸੀਂ ਜੰਨਤ ਕਮਾ ਰਹੇ ਹੋ ਤੇ ਇਹ ਚਿਹਰੇ ਦਾ ਇਲਾਜ ਜਿਹੜਾ ਸੀ ਜਦੋਂ ਬਚਪਨ ਉਸ ਤੋਂ ਬਾਅਦ ਇਹਦਾ ਇਲਾਜ ਮੁਮਕਿਨ ਹੈ ਸੀ ਜਾਂ ਇਲਾਜ ਡਾਕਟਰ ਕਹਿੰਦੇ ਨਹੀਂ ਹੋ ਸਕਦਾ ਹੈ ਹੱਥਾਂ ਦਾ ਗਿਆ ਸੀ ਤੇ ਖੁੱਲੀਆਂ ਅੱਛਾ ਉਹਨਾਂ ਗਿਆ ਸੀ ਨਹੀਂ ਖੁੱਲ ਸਕਦੇ ਨਹੀਂ ਖਾ ਜੀ 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 ਅਸੀਂ ਇੱਦਾਂ ਕਰਾਂਗੇ ਆਪਣੀ ਮਾਂ ਜੀ ਦਾ ਇਨਸ਼ਾਅੱਲਾ ਤਾਲਾ ਕਿਹਦਾ ਦੇ ਭਲਾਈ ਮਾਂ ਜੀ ਦਾ ਮਾਂ ਜੀ ਕਿਹਨਾਂ ਦੇ ਸਾਡੀ ਮਾਂ ਜੀ ਹਾਂ ਅਸੀਂ ਆਪਣੀ ਮਾਂ ਜੀ ਦਾ ਇਨਸ਼ਾਅੱਲਾ ਮਹਾਨਾ ਰਾਸ਼ਨ ਕੱਪੜੇ ਜੁੱਤੀ ਹਰ ਚੀਜ਼ ਦਾ ਧਿਆਨ ਰੱਖਾਂਗੇ ਤੇ ਮਾਂ ਜੀ ਤੁਸੀਂ ਦਵਾਈ ਵਗੈਰਾ ਵੀ ਕੋਈ ਲੈਂਦਾ ਬੇਟਾ ਜਾਂ ਤੁਸੀਂ ਕੋਈ ਦਵਾਈ ਦਵੂਈ ਤਾਂ ਨਹੀਂ ਚੱਲਦਾ ਦਵਾਈ ਬੇਟਾ
रोटी पानी हर चीज रोटी भी खुद पकानी है छोटी जिहड़ी कुड़ी है चलो अल्लाह ताला थोनू मुहताजी तो भी हमेशा ही महफूज रखे ना तुसी किसे के हाथ कीता अलहमदुलिल्लाह अलहमदुलिल्लाह आपा जे थोनू सूट अच्छे जे लिया के बंदा सूट काफी दे दिंदा वा तुसी अपने सूट बेच भी लो सी के भी बंदा बेच दिंदा है इहदे च कोई चार पैसे भी बच जांदे हुंदे आ से भी आपां मां जी ना वास्ते इदां करदे आ इंशाल्लाह ताला बहुत ही जल्द कल जां परसों तक ना इंशाल्लाह ताला जां इस तों भी जल्द असीं सूट लिआंदे आ काफी सारे कोई नाल बंदा टोटे लै आंदा वा रीला लैसा लै आवांगे इंशाल्लाह ताला अपनी मां दी खिदमत च पेश करांगे साडी भैण भी घर बैठूगी सुकून अपनी इज्जत दी रोजी रोटी भी कमाओगे ते अपनी मां जी दा सहारा भी अच्छा बन जी लो जी ते भाई बिस्मिल्लाह पढ़ो आ मां जी ਤੁਹਾਡੇ ਵਾਸਤੇ ਇਨਸ਼ਾਅੱਲਾ ਤੋਹਫਾ ਹੀ ਸੂਟ ਦਾ ਹੀ ਇਹ ਨਵਾਂ ਸੂਟ ਆ ਮਾਂ ਜੀ ਇਹ ਸੋਨੇ ਰੱਬ ਨੇ ਭੇਜਿਆ ਇਹ ਸੀਤੇ ਨਹੀਂ ਇਹਦੇ ਤੁਹਾਨੂੰ ਸਿਲਾਈ ਦੇ ਪੈਸੇ ਦੇ ਕੇ ਜਾਵਾਂਗੇ ਆ ਭਈਆਂ ਤੁਹਾਡੇ ਵਾਸਤੇ ਸੂਟ ਆਈ ਇਹ ਨਹੀਂ ਸਾਡੇ ਇੱਕ ਮਾਂ ਜੀ ਹੈ ਲਾਹੌਰ ਮਾਂ ਜੀ ਉਹਨਾਂ ਵਾਸਤੇ ਦੁਆ ਕਰਿਓ ਬੜੇ ਪਰੇਸ਼ਾਨ ਆ ਉਹਨਾਂ ਨੇ ਤੁਹਾਡੇ ਵਾਸਤੇ ਤੋਹਫੇ ਭੇਜੇ ਸੀ ਠੀਕ ਹੈ ਜੀ ਉਹਨਾਂ ਦੀ ਅੱਲਾਹ ਤਾਲਾ ਮੁਸ਼ਕਲਾਂ ਆਸਾਨ ਫਰਮਾਵੇ ਅੱਲਾਹ ਤਾਲਾ ਪੂਰੀ ਦੁਨੀਆ ਦੀ ਜਿੰਨੇ ਲੋਕ ਮੁਸ਼ਕਲ ਪਰੇਸ਼ਾਨ ਅੱਲਾਹ ਸਾਹਿਬ ਦੇ ਵਾਸਤੇ बावजूद अपने सोने रब का शुक्रिया देखो जेड़ी भी चीज है अपने रब का है किस तरह खुश के खा रहे हैं साढ़े को इन्ने फल फ्रूट साढ़ा असि किस साइड से जा रहे हैं जे भाई इन्ना कुछ होने बावजूद भी इन्ना शुक्रिया क्योंकि मुबीन भाई लोगों को कदर इसे करके भुल गई कि अपने जिहड़े जिस्म दे अज़ान नहीं ना हुंदे उस इंसान नूं कदर दा पता हुंदा कि यार एदी बड़ी कदर आ जी जी क्योंकि नौज़ बिल्ला लोकी जुबान तो किन्ने गुनाह करदे चुगलियां करदे लेकिन जिहदी जुबान नहीं कदर उहनूं पुछे हुण भाई दे हथ जिद्दां वी आ लेकिन बहुत ज्यादा ओहदे वी मुश्किल आ जी जी ते लेकिन कदर भाई नूं आ हथ ए मां जी तुसीं फल फ्रूट रख लैणा इच माल्टे आ सेब आ अलहमदुलिल्लाह ए वी सोने रब ने भेजे ए वी सोने रब ने भेजे मां जी अज छके राशन ਵਿੱਚ ਘੇ ਚੀਨੀ ਹਰ ਚੀਜ਼ ਆ ਠੀਕ ਹੈ ਜੀ ਅਤੇ ਸਵਈਆਂ ਵਾ ਚਾਵਲ ਆ ਤੁਸੀਂ ਆਪਣੇ ਬੱਚਿਆਂ ਨੂੰ ਪਾ ਬੇਟੇ ਨੂੰ ਅਤੇ ਆਪਣੀ ਪੋਤੀ ਨੂੰ ਪਕਾ ਕੇ ਖਿਲਾਇਓ ਇਨਸ਼ਾਅੱਲਾ ਇਹ ਅਸੀਂ ਨਾ ਕੋਸ਼ਿਸ਼ ਕਰਾਂਗੇ ਤੁਸੀਂ ਦੁਆ ਪੂਰੀ ਕਰਨੀ ਆ ਅੱਲਾ ਸਾਡਾ ਆਸਰਾ ਸਾਡਾ ਬਣ ਜਾਵੇ ਮਦਦਗਾਰ ਅਸੀਂ ਆਪਣਾ ਹਰ ਮਹੀਨੇ ਆਪਣੀ ਮਾਂ ਦੇ ਘਰ ਇਨਸ਼ਾਅੱਲਾ ਤਾਲਾ ਰਾਸ਼ਨ ਭੇਜਿਆ ਕਰਾਂਗੇ ਮਾਂ ਜੀ ਆਪ ਦੇ ਕੇ ਜਾਇਆ ਕਰਾਂਗੇ ਸਾਡੀ ਮਾਂ ਜੀ ਇੱਕ ਹੋਰ ਚੀਜ਼ ਆ ਕਿ ਅਸੀਂ ਨਾ ਕਿਸੇ ਨੂੰ ਨਹੀਂ ਕਹਿੰਦੇ ਕਿ ਆਹ ਫੜਾਓ ਚੀਜ਼ ਕਿਸੇ ਨੂੰ ਨਹੀਂ ਕਹਿੰਦੇ ਆਹ ਉੱਥੇ ਆਹ ਚੀਜ਼ ਕਰਾਓ ਅਸੀਂ ਖੁਦ ਜਾਂਦੇ ਹੁੰਦੇ ਹਾਂ ਅੱਲਾਹ ਤਾਲਾ ਨੇ ਸਾਡੀ ਡਿਊਟੀ ਕਿਉਂਕਿ ਮਾਂ ਜੀ ਸਾਡੇ ਕੋਲ ਅਮਾਨਤਾਂ ਆਉਂਦੀਆਂ ਅਸੀਂ ਅਮਾਨਤਾਂ ਉਹੀ ਇਨਸ਼ਾਅੱਲਾ ਅੱਗੇ ਉਦਾਂ ਹੀ ਅਮਾਨਤਾਂ ਪਹੁੰਚਾਉਣੀਆਂ ਆਉਂਦੀਆਂ ਉਹਨਾਂ ਦੀ ਖਿਆਨਤ ਨਹੀਂ ਅੱਜ ਤੱਕ ਕੀਤੀ ਨਾ ਹੀ ਅੱਲਾਹ ਸਾਨੂੰ ਕਰਵਾਵੇ ਆਮੀਨ ਜੇ ਮਾਂ ਜੀ ਅਗਰ ਰੋਜ਼ੇ ਆ ਰਹੇ ਹਨ ਰਮਜ਼ਾਨ ਉਲ ਮੁਬਾਰਕ ਆ ਰਿਹਾ ਕਿ ਰੋਜ਼ੇ ਵੀ ਰੱਖਦੇ ਹੁੰਦੇ ਤੁਹਾਡੇ ਘਰ ਦੇ ਵਿੱਚੋਂ ਕੋਈ ਅਪਣੀ ਮਾਵਾਂ ਭੈਣਾਂ ਦੀਆਂ ਭਾਈਆਂ ਵਾਸਤੇ ਨਾ ਸਵਾਟਮ ਸਹਿਰੀਆਂ ਤਕਸੀਮ ਕਰਦੇ ਹੁੰਦੇ अपने गुनाहों की माफ़ी मांगो कुरान मजीद की तिलावत करो सहरी का इस्तेमाल करो अगर किसी भाई को सहरी की ज़रूरत हो तो वो बाहर निकल कर बिल्कुल फ्री हमसे सहरी वसूल कर सकता है जी अलहमदुल्ला तो माँ जी इंशाल्लाह उदे विच अल्लाह तकना तुहाडे वास्ते दही च सालन रोटी मुकम्मल सहरी का इंतजाम इंशाल्लाह पैक होकर बजरी है पार्सल जिन्हों कहा जाता इंशाल्लाह तुहाडे घर 30 दिन अल्लाह तकना पहुंचेगा और इंशाल्लाह रमजान उल मुबारक से मुकम्मल इंशाल्लाह जिहड़ा राशन है वह भी तुहाडे घर मुस्तकिल पहुंचेगा।